कुछ मंत्री भी बिच आए, MLA भी, मंत्री भी आया, कुछ पुलिस के अफसर भी बिच आया, जिहड़े कहिंदे सी मिठू कम्प्रो कर ला यार। वो थले नीचे जाके मैं जजन नूं दिखाउणा भी इदां करके मैनूं क्लीन चिट दित्ती, देखो मेरा केस आ। और नीचे जाके कोई सुनवाई नहीं कर रहा, ना कोई पुलिस अफसर कर रहा। हले भी तुहानूं लगदा तुहाडी जान ते खतरा है? बिल्कुल जी, हर जान नूं तां हर टाइम खतरा है। ठीक है ना जी, आपां किसे नूं लाइक करदे आ, पसंद करदे आ, इहदा मतलब इह तां इह थोड़ी मर्डर करा। देखो जी, ਤੁਸੀਂ ਉਹਨੂੰ ਮਾਂ ਕਹਿ ਰਹੇ ਆ, ਮੈਂ ਤੁਹਾਨੂੰ ਮਾਂ ਹੀ ਨਹੀਂ ਕਹਿ ਰਿਹਾ ਜੀ। ਉਹ ਤਾਂ ਇੱਕ ਡੈਣ ਆ, ਡੈਣ ਤੋਂ ਵੀ ਬੁਰੀ ਆ ਉਹ। ਇਹਨਾਂ ਨੇ ਮੇਰਾ ਕੋਈ ਨਾ ਕਤਲ, ਜੱਸੀ ਦਾ ਕਤਲ ਜਾਂ ਮੇਰੇ 'ਤੇ ਅਟੈਕ ਇਹ ਕਰਕੇ ਨਹੀਂ ਕਰਵਾਇਆ ਗਾ, ਵੀ ਬੇਇੱਜ਼ਤੀ ਆ ਮੇਰੀ ਨਾ ਜਿਹੜੀ ਸਟੋਰੀ ਆ ਰੀਅਲ ਤੌਰ 'ਤੇ ਦਿਖਾਈ ਜਾਵੇ। ਮੁਹੱਬਤ ਦੀ ਜੇ ਰਾਹ ਹੈ ਉਹ ਕਦੇ ਵੀ ਆਸਾਨ ਨਹੀਂ ਹੁੰਦੀ ਹੈ, ਕੰਨਿਆਂ ਭਰੀ ਹੁੰਦੀ ਹੈ। ਲੇਕਿਨ ਜਿਨ੍ਹਾਂ ਨੇ 18 ਸਾਲ ਜੇ ਹੈ ਮੁਹੱਬਤ ਦੀ ਰਾਹ ਦੇਖੀ ਹੈ, ਉਹ ਮੁਹੱਬਤ ਜੋ ਚੱਲ ਗਈ, ਲੇਕਿਨ ਉਹਨਾਂ ਦੇ ਦਿਲ ਵਿੱਚ ਜਿਸ ਮੁਹੱਬਤ ਲਈ ਬਹੁਤ ਜ਼ਿਆਦਾ ਪਿਆਰ ਸੀ, ਉਹਨਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਵਾਸਤੇ 18 ਸਾਲ ਇੰਤਜ਼ਾਰ ਕਰਨਾ, ਅਤੇ ਅੱਜ ਉਹ ਘੜੀ ਆਈ ਹੈ ਜਿੱਥੇ ਅੱਜ ਮਿੱਠੂ ਜੀ ਮੇਰੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ ਮੈਮ। ਸਤਿ ਸ਼੍ਰੀ ਅਕਾਲ। ਮੈਨੂੰ ਸੀਰੀਅਸਲੀ ਸਮਝ ਨਹੀਂ ਆ ਰਿਹਾ ਮੈਂ ਕਿਵੇਂ ਗੱਲ ਸਟਾਰਟ ਕਰੂੰ। 18 ਸਾਲ ਇੰਨੀ ਜ਼ੱਦੋ ਜ਼ਹਿਦ ਜਿੱਥੇ ਤੁਸੀਂ, ਤੁਹਾਡੀ ਆਪ ਦੀ ਜਾਨ ਨੂੰ ਖਤਰਾ ਰਿਹਾ? ਜੀ ਮੈਮ ਬਿਲਕੁਲ, ਖਤਰਾ ਤਾਂ ਬਹੁਤ ਜ਼ਿਆਦਾ ਰਿਹਾ ਮੈਮ। ਦੇਖੋ ਮੇਰੇ 'ਤੇ ਝੂਠੇ ਪਰਚੇ ਕਰਵਾਏ ਇਹਨਾਂ ਨੇ, ਔਰ ਇੱਕ ਦੋ ਵਾਰੀ ਬਾਅਦ 'ਚ ਅਟੈਕ ਵੀ ਕਰਾਇਆ, ਧਮਕੀਆਂ ਆਉਂਦੀਆਂ ਰਹੀਆਂ। ਕੁਛ ਦਬ ਦਬਾ ਤਾਂ ਇੰਨਾ ਜ਼ਿਆਦਾ ਪੈਂਦਾ ਰਿਹਾ ਨਾ, ਕੁਛ ਮੰਤਰੀ ਵੀ ਵਿੱਚ ਆਏ, MLA ਵੀ, ਮੰਤਰੀ ਵੀ ਆਇਆ, ਕੁਛ ਪੁਲਿਸ ਦੇ ਅਫਸਰ ਵੀ ਵਿੱਚ ਆਇਆ, ਜਿਹੜੇ ਕਹਿੰਦੇ ਮਿੱਠੂ ਕੰਪਰੋ ਕਰ ਲਾ ਯਾਰ। ਪਰ ਇੰਨਾ ਹੀ ਕਹਿੰਦੇ ਸੀ, ਇਹ ਨਹੀਂ ਮੈਨੂੰ ਕਿਨੇ ਜ਼ਿਆਦਾ ਫੋਰਸ ਨਹੀਂ ਕੀਤਾ, ਧੱਕਾ ਨਹੀਂ ਕੀਤਾ ਮੈਨੂੰ ਅਫਸਰ। ਇੰਨਾ ਜ਼ਰੂਰ ਕਹਿੰਦੇ ਮਿੱਠੂ ਜੇ ਪੈਸੇ ਲੈਣੇ ਯਾਰ ਦਵਾ ਦਿੰਦੇ ਸਾਡੇ ਤੱਕ, ਉਹਨੇ ਪਹੁੰਚ ਕੀਤੀ ਆ, ਪਰ ਮੈਂ ਮਨਾ ਕਰਦਾ ਸੀ ਮੈਂ ਤੁਹਾਨੂੰ। ਔਰ ਜਦੋਂ ਮੈਂ ਮਨਾ ਕਰਦਾ ਸੀ ਨਾ, ਇਹ ਮੈਨੂੰ ਸੱਦ ਕੇ ਪੁਲਿਸ ਦੇ, ਮੈਂ ਮੈਂਬਰ ਪੰਚਾਇਤ ਰਿਹਾ ਜੀ ਰੂਟੀਨ ਦੇ ਵਿੱਚ ਲਗਾਤਾਰ, ਹੁਣ ਤੱਕ ਮੈਂਬਰ ਪੰਚਾਇਤ ਸੀਗਾ, ਪੁਲਿਸ ਦੇ ਵਿੱਚ ਜਾਣੀ ਹੋਣੀ ਹੋ ਗਈ ਮੇਰੀ ਥੋੜ੍ਹੀ ਬਹੁਤੀ। ਫਿਰ ਮੈਨੂੰ ਇੰਚਾਰਜ, ਕੋਈ ਚੌਂਕੀ ਇੰਚਾਰਜ ਲੱਗਿਆ ਹੁੰਦਾ ਸੀ ਜਾਂ ਥਾਣੇ 'ਚ ਲੱਗਿਆ, ਸੱਚੋ ਲੱਗਿਆ ਸੀ ਮੈਨੂੰ ਨਾ ਕਿਸੇ ਤੋਂ, ਮਤਲਬ ਕੋਈ ਕਾਂਸਟੇਬਲ ਤੋਂ ਜਿਹੜਾ ਮੇਰੇ ਨਾਲ ਥੋੜ੍ਹਾ ਬਹੁਤਾ ਹੈਲ ਵਾਏ ਰੱਖਦਾ ਸੀ, ਉਹ ਤੋਂ ਫੋਨ ਕਰਾਉਂਦੇ ਸੀ ਵੀ ਮਿੱਠੂ ਕੇਸ ਦੇ ਸੰਬੰਧ 'ਚ ਤੇਰੇ ਨਾਲ ਗੱਲ ਕਰਨੀ, ਹੁਣੇ ਚੌਂਕੀ ਪਹੁੰਚ। ਔਰ ਮੈਂ ਚੌਂਕੀ ਚੱਲ ਜਾਂਦਾ ਸੀ, ਮੈਂ ਕਿਹਾ ਹੋ ਸਕਦਾ ਵੀ ਮੇਰੇ ਬਾਹਰ ਦੇ ਕੇਸ ਸੰਬੰਧ 'ਚ ਕੋਈ ਗੱਲ ਕਰਨੀ ਹੋਵੇ, ਮੈਨੂੰ ਜਾ ਕੇ ਬਿਠਾਈ ਰੱਖਦੇ ਸੀ। ਜਦੋਂ ਮੈਂ ਕਹਿੰਦਾ ਯਾਰ ਕੀ ਇੰਨਾ ਟਾਈਮ ਹੋ ਗਿਆ ਮੈਨੂੰ, ਹੁਣ ਜਾਣਾ, ਮੈਂ ਦੱਸੋ ਕੀ ਗੱਲ, ਕਹਿੰਦੇ ਮਿੱਠੂ ਯਾਰ ਤੂੰ ਇੱਦਾਂ ਕਰ, ਉਹਨਾਂ ਨਾਲ ਕੰਪਰੋ ਕਰ ਲਾ ਵੀ ਸਾਨੂੰ ਮਜਬੂਰੀ ਕਾਰਨ ਤੇਰੇ 'ਤੇ ਪਰਚਾ ਦੇਣਾ ਪੈਣਾ, ਨਾਲੇ ਤੂੰ ਖਰਾਬ ਹੁੰਦਾ, ਨਾਲੇ ਤੈਨੂੰ ਦੋ ਪੈਸੇ ਬਣ ਜਾਣਗੇ। ਪਰ ਮੈਂ ਨਹੀਂ ਮੰਨਦਾ ਸੀ, ਮੇਰੇ 'ਤੇ ਪਰਚਾ ਦਿੰਦੇ ਸੀ, ਠੀਕ ਹੈ ਨਾ। ਉਹ ਪਰਚਿਆਂ ਦੀ ਮੈਂ ਇਨਕੁਆਇਰੀ ਲਾਈ, ਕਮਿਸ਼ਨ ਦੇ ਕੈਪਟਨ ਸਾਹਿਬ ਨੇ ਕਮਿਸ਼ਨ ਬਿਠਾਇਆ, ਮੈਂ ਆਪਣਾ ਮਹਿੰਦੀ ਰੱਤਾ ਜੱਜ ਜੀ ਆ, ਮਹਿਤਾਬ ਗਿੱਲ ਜੀ ਆ, ਉਹਨਾਂ ਨੇ ਸਾਰੇ ਕੇਸਾਂ 'ਚ ਮੈਨੂੰ ਕਲੀਨ ਚਿੱਟ ਦਿੱਤੀ ਹੈ। ਉਹ ਥੱਲੇ ਨੀਚੇ ਜਾ ਕੇ ਮੈਂ ਜੱਜਾਂ ਨੂੰ ਦਿਖਾਉਣਾ ਵੀ ਇੱਦਾਂ ਕਰਕੇ ਮੈਨੂੰ ਕਲੀਨ ਚਿੱਟ ਦਿੱਤੀ ਹੈ, ਦੇਖੋ ਮੇਰਾ ਆਹ ਕੇਸ ਆ। ਔਰ ਨੀਚੇ ਜਾ ਕੇ ਕੋਈ ਸੁਣਵਾਈ ਨਹੀਂ ਕਰ ਰਿਹਾ, ਨਾ ਕੋਈ ਪੁਲਿਸ ਅਫਸਰ ਕਰ ਰਿਹਾ, ਮੇਰੇ ਕੋਲ ਕਲੀਨ ਚਿੱਟਾਂ ਦੀ ਸਾਰੀ ਰਿਕਾਰਡ, ਮਤਲਬ ਸਰਟੀਫਿਕੇਟ ਪਏ ਆ। ਉਹਦੇ ਵਿੱਚ ਮੈਂ SSP ਸਾਹਿਬ ਨੂੰ ਮਿਲਿਆ ਸੀਗਾ, ਸਰਜੀਤ ਸਿੰਘ ਨੂੰ, ਇਹ ਤੋਂ ਪਹਿਲਾਂ ਜਿਹੜਾ SSP ਸਾਹਿਬ ਸੀ, ਮੈਂ ਉਹਨਾਂ ਨੂੰ ਜਾ ਕੇ ਕਿਹਾ ਮੈਂ ਸਰ ਜੀ ਆ ਦੇਖੋ ਵੀ ਵਿੱਚ ਰਕਾ ਪਾਇਆ ਜੱਜ ਸਾਹਿਬ ਨੇ ਵੀ ਜਿਹੜਾ ਮਿੱਠੂ ਨੇ, ਜਿਹੜੇ ਮਿੱਠੂ ਦੇ ਜਿਹੜੇ IO ਨੇ ਪਰਚਾ ਦਿੱਤਾ ਵੀ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਮਿੱਠੂ ਨੂੰ ਮੁਆਵਜ਼ਾ ਦਵਾਇਆ ਜਾਵੇ। ਉਹ SSP ਸਾਹਿਬ ਕਹਿੰਦੇ ਮਿੱਠੂ ਵੀ ਦੇਖ, ਇਹ ਸਾਡੇ ਵਾਸ ਦੀ ਗੱਲ ਨੀਗੀ, ਇਹ AD ਸਾਹਿਬ ਕਰਨਗੇ। AD ਸਾਹਿਬ ਨੂੰ ਜਾ ਕੇ ਮਿਲਿਆ ਜਗਰੋਂ ਲੁਧਿਆਣਾ, ਉਹ ਲੈਟਰ ਉਹਨਾਂ ਨੇ ਲੈ ਕੇ ਰੱਖ ਲਈ, ਕੋਈ ਕਾਰਵਾਈ ਨਹੀਂ ਕਿਸੇ ਨੇ ਕੀਤੀ। ਪਰ ਮੈਂ ਕੈਪਟਨ ਸਾਹਿਬ ਨੂੰ ਇਹ ਬੇਨਤੀ ਕਰਦਾ ਵੀ ਜੇਕਰ ਕਮਿਸ਼ਨਰ ਬਿਠਾਇਆ, ਨੀਚੇ ਵੀ ਉਹਦੀ ਕੋਈ ਸੁਣਵਾਈ ਹੋਣੀ ਚਾਹੀਦੀ ਹੈ, ਪਰ ਕੋਈ ਸੁਣਵਾਈ ਨਹੀਂ ਅਜੇ ਤੱਕ। ਅੱਛਾ, ਅੱਜ ਤੇ ਆ ਗਿਆ ਨਿਆਇਕ ਹਿਰਾਸਤ ਵਿੱਚ, ਉਹਨਾਂ ਨੂੰ ਲੈ ਲਿਆ ਹੈ, ਤੇ ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ ਜੀ, ਪਹਿਲਾਂ ਤਾਂ ਮੈਂ ਕੈਨੇਡਾ ਗਵਰਨਮੈਂਟ ਦਾ ਅਤੇ ਕੈਨੇਡਾ ਪੁਲਿਸ ਦਾ ਬਹੁਤ ਜ਼ਿਆਦਾ ਧੰਨਵਾਦ ਦੀ ਹਾਂ, ਬਹੁਤ ਜ਼ਿਆਦਾ। ਬਾਕੀ ਇੱਧਰ ਜਿਹੜੀ ਪੰਜਾਬ ਪੁਲਿਸ ਆ, SPD ਸਾਹਿਬ ਸੀ ਸਵਰਨ ਸਿੰਘ ਖੰਨਾ ਜੀ, ਅਤੇ ਔਲਖ ਸਾਹਿਬ ਸੀਗੇ, ਸੰਧੂ ਸਾਹਿਬ ਡਿਪਟੀ ਸੀਗੇ, ਉਹਨਾਂ ਦਾ ਬਹੁਤ ਧੰਨਵਾਦ ਦੀ ਹਾਂ ਜਿਨ੍ਹਾਂ ਨੇ ਮੇਰਾ ਕੇਸ ਇੱਥੇ ਤੱਕ ਪਹੁੰਚਦਾ ਕੀਤਾ। ਹੁਣ ਅਫਸਰ ਜਿਹੜੇ ਲੱਗੇ ਹੋਏ ਆ, IO ਆ, ਕੋਈ DSP ਸਾਹਿਬ ਨੇ, ਉਹਨਾਂ ਦਾ ਵੀ ਮੇਰੇ ਤੋਂ ਸਾਈਡ ਤੋਂ ਪਤਾ ਲੱਗੇ, ਬੜੇ ਵਧੀਆ ਹੋਣਹਾਰ ਅਫਸਰ ਨੇ, ਬੜੀ ਉਮੀਦ ਰੱਖਦਾ ਉਹਨਾਂ ਤੋਂ ਵੀ ਮੈਨੂੰ ਨਿਆਂ ਦਵਾਉਣਗੇ ਦਵਾਉਣਗੇ। ਹਾਲੇ ਵੀ ਤੁਹਾਨੂੰ ਲੱਗਦਾ ਤੁਹਾਡੀ ਜਾਨ 'ਤੇ ਖਤਰਾ ਹੈ? ਬਿਲਕੁਲ ਜੀ, ਹਰ ਜਾਨ ਨੂੰ ਤਾਂ ਹਰ ਟਾਈਮ ਖਤਰਾ। ਮੈਂ ਗੱਲ ਕਰੂੰ, ਭਾਰਤ ਦੇਸ਼ ਅਜਿਹੇ, ਭਾਵੇਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਚੱਲ ਜਾਈਏ, ਓਨਰ ਕਿਲਿੰਗ ਦੇ ਇਤਨੇ ਸਾਰੇ ਮਾਮਲੇ ਨੇ, ਹਰ ਸਿਨੇਮਾ ਵਿੱਚ, ਬਾਲੀਵੁੱਡ ਵਿੱਚ, ਸਾਊਥ ਦੀ ਫਿਲਮਾਂ ਵਿੱਚ ਓਨਰ ਕਿਲਿੰਗ ਦੇ ਮਾਮਲੇ ਨੂੰ ਲੈ ਕੇ ਫਿਲਮ ਬਣਦੀ ਹੈ, ਲੇਕਿਨ ਪੰਜਾਬੀ ਸਿਨੇਮਾ ਵਿੱਚ ਪਹਿਲੀ ਵਾਰ ਹੋ ਰਿਹਾ ਓਨਰ ਕਿਲਿੰਗ ਨੂੰ ਲੈ ਕੇ ਫਿਲਮ ਬਣ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਫਿਲਮ ਜੋ ਹੈ ਜਨਤਕ ਜੋ ਹੈ ਪਸੰਦ ਕਰੇਗੀ, ਜਾਂ ਕਿਤੇ ਨਾ ਕਿਤੇ ਉਹ ਸਵਾਲ ਚੱਕੇਗੀ ਕਿਤੇ ਸਾਡੇ ਬੱਚੇ ਨਾ ਵਿਗੜ ਜਾਣ? ਦੇਖੋ ਜੀ, ਬੱਚਿਆਂ ਦੀ ਵਿਗੜਨ ਵਾਲੀ ਇਹ ਗੱਲ ਨਹੀਂ, ਮੈਂ ਮੰਨਦਾ ਵੀ ਬੱਚੇ ਵਿਗੜ ਸਕਦੇ ਆ, ਕਿਉਂਕਿ ਹਿੰਦੀ ਪਿਕਚਰਾਂ, ਮੂਵੀਆਂ, ਪੰਜਾਬੀ ਮੂਵੀਆਂ ਚੱਲਦੀਆਂ ਪਈਆਂ ਨੇ, ਆਮ ਹੀ ਇਹ ਚੀਜ਼ ਆ, ਪਿਆਰ ਤਾਂ ਆਮ ਹੀ ਚੱਲਦਾ ਪਿਆ, ਹਰੇਕ ਸਟੋਰੀ ਦੇ ਵਿੱਚ ਪਿਆਰ ਦੀ ਸਟੋਰੀ ਹੁੰਦੀ ਆ। ਪਰ ਇਹ ਵਿਗੜਨਗੇ ਨਹੀਂ ਬੱਚੇ, ਕੁਛ ਇਹਨਾਂ ਤੋਂ ਸਿੱਖਿਆ ਲੈਣਗੇ, ਠੀਕ ਹੈ ਨਾ। ਜੇ ਆਪਾਂ ਕਿਸੇ ਨੂੰ ਲਾਈਕ ਕਰਦੇ ਹਾਂ, ਪਸੰਦ ਕਰਦੇ ਹਾਂ, ਇਹਦਾ ਮਤਲਬ ਇਹ ਤਾਂ ਇਹ ਥੋੜ੍ਹੀ ਮਰਡਰ ਕਰਾ ਦਿਓ।
ਬੱਚੇ ਨੂੰ ਇੱਦਾਂ ਨਹੀਂ ਕਿਸੇ ਦੇ ਵੀ, ਕੋਈ ਮੈਂ ਨਹੀਂ ਚਾਹੁੰਦਾ ਕੋਈ ਮਾਂ ਪਿਓ ਇੱਦਾਂ ਦਾ ਕੋਈ ਡਿਸੀਜਨ ਲਵੇ। ਅਗਰ ਮੈਂ ਉਹਨਾਂ ਦੇ ਮਾਂ ਤੇ ਮਾਮੇ ਦੀ ਗੱਲ ਕਰੂੰ ਤਾਂ 70 ਸਾਲਾਂ ਦੇ ਆਲੇ ਦੁਆਲੇ ਉਹਨਾਂ ਦੋਨਾਂ ਦੀ ਉਮਰ ਹੋਏਗੀ ਇਸ ਸਮੇਂ 'ਚ। ਦੇਖੋ ਜੀ, ਤੁਸੀਂ ਉਹਨੂੰ ਮਾਂ ਕਹਿ ਰਹੇ ਹੋ, ਮੈਂ ਤਾਂ ਉਹਨੂੰ ਮਾਂ ਹੀ ਨਹੀਂ ਕਹਿ ਰਿਹਾ ਜੀ। ਉਹ ਤਾਂ ਇੱਕ ਡੈਣ ਡੈਣ ਵੀ ਡੈਣ ਤੋਂ ਵੀ ਬੁਰੀ ਆ ਉਹ, ਕਿਉਂਕਿ ਡੈਣ ਵੀ ਕਹਿੰਦੇ ਸੁਣਨ 'ਚ ਆਇਆ 5-7 ਘਰ ਛੱਡ ਦਿੰਦੀ ਆ। ਇਹਨੇ ਤਾਂ ਖੁਦ ਹੀ ਆਪਦੀ ਬੱਚੀ ਨੂੰ ਪਾਲ ਕੇ ਜਵਾਨ ਕਰਕੇ ਮਰਡਰ ਕਰਾਤਾ, ਮਾਂ ਨਹੀਂ ਗਈ ਉਹ, ਪਤਾ ਨਹੀਂ ਕੀ ਆ। ਠੀਕ ਆ, ਜਿਹੜਾ ਮਾਮਾ ਵਾ, ਮਾਮਾ ਤਾਂ ਇਹ ਤਾਂ ਗੰਦਾ ਹੀ ਬਹੁਤ ਆ, ਉਸ ਐਡਾ ਐਡਾ ਦਾੜੀ ਰੱਖੀ ਆ ਉਹਨੇ। ਆਹ ਮੈਂ ਖਬਰਾਂ ਸੁਣਦਾ ਨਾ, ਇਹਨੂੰ ਸਿੱਖ ਪੰਥ 'ਚੋਂ ਸੇਕਤਾ, ਇਹ ਸਿੱਖੀ ਉੱਤੇ, ਇਹ ਬੰਦਾ ਰੱਖਣ ਦੀ ਕਾਬਿਲ ਹੈ? ਇਹ ਬੰਦਾ ਤਾਂ ਖੁਦ ਲਾਲਚੀ ਸੀਗਾ, ਇਹਨਾਂ ਨੇ ਮੇਰਾ ਕੋਈ ਨਾ ਕਤਲ, ਜੱਸੀ ਦਾ ਕਤਲ ਜਾਂ ਮੇਰੇ 'ਤੇ ਅਟੈਕ ਇਹ ਕਰਕੇ ਨਹੀਂ ਕਰਵਾਇਆ ਗਾ, ਵੀ ਬੇਇੱਜ਼ਤੀ ਆ ਜੇ ਮਤਲਬ ਅਣਖ ਦੀ ਖਾਤਰ, ਉਹ ਝੂਠ ਆ ਬਿਲਕੁਲ। ਇਹਨਾਂ ਨੇ ਸਿਰਫ ਪੈਸੇ ਦੀ ਖਾਤਰ ਕਤਲ ਕਰਾਇਆ ਮੈਨੂੰ। ਜਿੱਥੇ ਤੱਕ ਜੱਸੀ ਦਾਦੀ ਜੀ, ਉਹਦਾ ਕੋਈ ਪੈਸਾ ਜੱਸੀ ਦਾ ਲੈਂਦੀ ਜੀ ਇੱਧਰੋਂ ਮੁੰਡਿਆਂ ਤੋਂ, ਵੀ 30-40 ਲੱਖ ਰੁਪਈਆ ਲੈ ਗਈ ਇਹ ਸਰਜੀਤ, ਵੀ ਲੈ ਕੇ ਉਹਨੂੰ ਮੈਂ ਬਾਹਰ ਕੱਢਣਾ, ਉਹ ਮੁੰਡੇ ਨੂੰ ਬਾਹਰ ਕੱਢਣਾ, ਉਹ ਤੋਂ ਪੈਸਾ ਲੈ ਲਾਂ, ਕਿਉਂਕਿ ਪੈਸਾ ਤਾਂ ਜੱਸੀ ਮੈਨੂੰ ਦੱਸ ਦਿੰਦੀ ਵੀ ਇਹ ਬਹੁਤ ਗੰਦਾ, ਮੇਰਾ ਮਾਮਾ ਬਹੁਤ ਪੈਸੇ ਦਾ ਭੁੱਖਾ ਨਾ। ਇਹ ਹੁਣ ਕਹਿੰਦੇ ਅਮੀਰੀ ਗਰੀਬੀ, ਮੈਂ ਤਾਂ ਫਿਰ ਵੀ ਦਿਹਾੜੀਆਂ ਨਹੀਂ ਕੀਤੀਆਂ ਨਾ, ਇਹਦਾ ਪਹਿਲਾਂ ਦਿਹਾੜੀਆਂ ਕਰਦੀ ਪਿੰਡ 'ਚ, ਬਾਲਾ ਟਾਈਮ ਦੀ ਗੱਲ ਨਹੀਂ, ਸਰਜੀਤ ਹੋਣੀ ਇਹ ਬੋਰ ਕਰਦੇ ਪਏ ਸੀ, ਇੰਨੇ ਡੌਨ ਸੀਗੇ। ਇਹਨਾਂ ਨੇ ਆਪਦੀ ਭੈਣ ਦਾ ਮਤਲਬ ਮਲਕੀਤ ਕੌਰ ਦਾ ਓਵਰ ਏਜ ਦੇ ਜੱਸੀ ਦੇ ਡੈਡੀ ਦੀ ਮੈਰਿਜ ਕੀਤੀ, ਮੰਮੀ ਦੀ 16-17 ਸਾਲ ਦੀ, ਡੈਡੀ ਦੇ 55 ਸਾਲ ਦੇ ਸੀਗੇ। ਇੱਕ ਇਹ ਤਾਂ ਹਰ ਇੱਕ ਟਾਈਮ ਲਾਲਚ ਦੇ ਵਿੱਚ ਰਿਹਾ ਸੁਰਜੀਤ ਵਧੇਸਾ ਤਾਂ। ਠੀਕ ਆ ਜੀ, ਇਹਨਾਂ ਨੇ ਫਿਰ ਜੇ ਅਣਖ ਦੀ ਗੱਲ ਕਰੀਏ, ਇਹਨਾਂ ਨੇ ਆਪਦੀ ਇਹਨੇ ਆਪਦਾ ਸੁਰਜੀਤ ਨੇ ਮੁੰਡਾ ਮੇਰੇ ਪਿੰਡ ਹੀ ਜਿਹੜਾ ਮੇਰੇ ਕੇਸ ਦੇ ਵਿੱਚ ਦਰਸ਼ਨ ਸਿੰਘ ਸੁਰਜਨ ਸੀਮੈਂਟ ਵਾਲਾ ਸੀ, ਉਹਦੀ ਲੜਕੀ ਨੂੰ ਵਿਆਹਤਾ, ਉੱਥੇ ਅਣ ਕੇ ਕਿੱਥੇ ਗਏ ਸੀ, ਪਿੰਡ 'ਚ ਪਿੰਡ ਵਿਆਹੀ ਜਾਂਦੇ, ਉਹ ਭੈਣ ਭਰਾਈ ਸੀ ਵੀ, ਉਹ ਕਿਉਂ ਕੀਤਾ ਜੀ ਇਹ ਮੈਨੂੰ ਜਵਾਬ ਇਹ ਦੇਣ ਵੀ ਉਹਨਾਂ ਦਾ ਮੈਰਿਜ ਕੀਤੀ ਆ, ਉਹ ਬਾਹਰ ਬੈਠੇ ਆ ਦੋਨੇ ਹਸਬੈਂਡ ਵਾਈਫ ਤੌਰ 'ਤੇ ਜਿਉਂ ਰਹੇ ਆ, ਵੀ ਉਦੋਂ ਅਣਖ ਕਿੱਥੇ ਗਈ ਸੀ। ਇਹ ਅਣਖ ਤੋਂ ਜ਼ਿਆਦਾ ਮੈਨੂੰ ਲੱਗਦਾ ਵਿਦੇਸ਼ ਜਾਣ ਦੀ ਜਾਂ ਪੈਸਾ ਕਮਾਉਣ ਦੀ ਜਾਂ ਫਿਰ ਪ੍ਰੋਪਰਟੀ ਕਮਾਉਣ ਦੀ ਹੋ ਰਹੀ। ਬਿਲਕੁਲ ਜੀ, ਇਹ ਤਾਂ ਪੈਸਾ ਪੈਸਾ ਕਰਦਾ ਜੀ ਸਰਜੀਤ ਤਾਂ। ਪਹਿਲਾਂ ਜੱਸੀ ਦੇ ਜਿਹੜੇ ਫਾਦਰ ਸੀਗੇ ਉਹਨਾਂ ਦਾ ਹੀ ਉੱਧਰ ਜੋ ਵੀ ਸੀ ਫਾਰਮਸਾਂ ਜੋ ਕੁਛ ਵੀ ਸੀਗਾ, ਸਰਜੀਤ ਤਾਂ ਇੱਥੋਂ ਦਿਹਾੜੀਆਂ ਕਰਦਾ ਗਿਆ ਸੀਗਾ। ਇਹਦੇ ਸਾਰੇ ਤਿੰਨੇ ਚਾਰੇ ਭਰਾ ਪਿੰਡ 'ਚੋਂ ਇਨਕੁਆਇਰੀ ਕਰ ਲਓ ਕੀ ਕਰਦੇ ਸੀ, ਪਿੰਡ ਬੋਰਨੋਂ ਦੀ, ਮੈਂ ਤਾਂ ਫਿਰ ਵੀ ਆਪਦੇ ਪੈਰਾਂ ਸਿਰ ਹਾਂ। ਠੀਕ ਹੈ ਨਾ, ਇਹ ਤਾਂ ਬਹੁਤ ਨੀਚੇ ਸੀਗੇ। ਤੁਹਾਡੇ ਮਾਂ ਪਿਓ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਦੁਬਾਰਾ ਵਿਆਹ ਕਰਾ ਲਓ? ਦੇਖੋ ਜੀ, ਕਹਿੰਦੇ ਤਾਂ ਸਾਰੇ ਹੀ ਆ, ਟੋਟਲੀ ਕਹਿੰਦੇ ਆ, ਜ਼ੋਰ ਪਾਉਂਦੇ ਆ, ਪਰ ਫਿਲਹਾਲ ਮੈਂ ਆਪਣੇ ਕੇਸ 'ਚੋਂ ਬਾਹਰ ਨਿਕਲੂੰਗਾ, ਫਿਰ ਕਦੇ ਜਾ ਕੇ, ਪਰ ਨੋ ਮੈਂ ਨਹੀਂ ਚਾਹੁੰਦਾ ਮੈਂ ਕਿਸੇ ਉਹੋ ਜਿਹਾ ਪਿਆਰ ਦੇ ਦੂੰਗਾ ਇਸ ਨੂੰ। ਉਹ ਇੰਨਾ ਕੁਛ ਮੇਰੇ ਲਈ ਕਰ ਗਈ, ਜੱਸੀ ਕਿੱਦਾਂ ਹੋ ਸਕਦਾ ਮੈਂ ਕਿਸੇ ਨੂੰ ਇੱਦਾਂ ਕਰ ਸਕਦਾ। ਉਹ ਸਮਾਂ ਬਹੁਤ ਡਿਫਰੈਂਟ ਰਿਹਾ ਹੋਣਾ ਕਿਉਂਕਿ 21 ਸਾਲ ਦੇ ਵਿੱਚ ਹੀ ਇੰਨਾ ਤੁਹਾਡੇ ਵਿਚਕਾਰ ਇੰਨਾ ਕੁਛ ਹੋ ਗਿਆ ਕਿ ਜਿੱਥੇ ਤੁਸੀਂ ਇਕੱਠੇ ਕਸਮਾਂ ਖਾਈਆਂ ਸੀ ਮਰਨ ਜੀਣ ਦੀਆਂ, ਅਤੇ ਤੁਸੀਂ ਦੋਨੋਂ ਇੱਕ ਸਮਾਂ ਦੇ ਵਿੱਚ ਹੀ ਵੱਖ ਹੋ ਗਏ। ਇਹ ਫਿਲਮਾਂ 'ਚ ਹੁੰਦਾ ਹੈ, ਰਿਐਲਿਟੀ ਵਿੱਚ ਤੁਹਾਡੇ ਨਾਲ ਹੋਇਆ? ਦੇਖੋ ਜੀ, ਉਹ ਫਿਲਮਾਂ ਨੇ ਮੇਰੇ ਨਾਲ ਰੀਅਲ ਤੌਰ 'ਤੇ ਹੋਇਆ, ਮੈਨੂੰ ਪਤਾ ਵੀ ਕਿੱਦਾਂ ਕਿੱਦਾਂ ਮੈਂ ਇੱਦਾਂ ਜਿਉਂ ਰਿਹਾ ਵਾਂ। ਮੈਂ ਤਾਂ ਵੈਸੇ ਜੱਸੀ ਜਦੋਂ ਮੇਰੇ ਤੋਂ ਵੱਖ ਹੋਈ ਆ ਉਸ ਟਾਈਮ ਹੀ ਮਰ ਗਿਆ ਸੀ, ਸਿਰਫ ਹੁਣ ਇੱਕ ਜਿੰਦਾ ਲਾਸ ਤਰ੍ਹਾਂ ਵਾਂ। ਸਿਰਫ ਮੈਂ ਇੱਕ ਉਹ ਬੰਦਿਆਂ ਨੂੰ ਸਜ਼ਾ ਦਿਵਾਉਣ ਤੀਕਰ ਜਿਉਂ ਰਿਹਾ ਵੀ ਸਜ਼ਾ ਹੋਣ ਵੀ ਸੱਕ ਮਰ ਜਾਓ, ਮੈਨੂੰ ਹੋਰ ਕੋਈ ਨਹੀਂ। ਮੈਂ ਇੱਕ ਗੱਲ ਕਹੂੰਗੀ, ਜੇ ਫਿਲਮ ਤੁਸੀਂ ਲੈ ਕੇ ਆ ਰਹੇ ਹੋ, ਜੇ ਫਿਲਮ ਤੁਸੀਂ ਲੈ ਕੇ ਆ ਰਹੇ ਹੋ ਜਿੱਥੇ ਕਿਤੇ ਨਾ ਕਿਤੇ ਤੁਹਾਡੇ ਦੋਨਾਂ ਦੇ ਵਿਚਕਾਰ ਦੀ ਜੀ ਕਹਾਣੀ ਹੈ, ਜਿਵੇਂ ਤੁਹਾਡਾ ਪਿਆਰ ਸ਼ੁਰੂ ਹੋਇਆ, ਜੋ ਸਜ਼ਾ ਤੁਸੀਂ ਭੁਗਤੀ ਹੈ, ਜਿੱਥੇ ਤੁਸੀਂ ਕੁਛ ਵੀ ਨਹੀਂ ਕੀਤਾ, ਉਹ ਸਭ ਕੁਝ ਤੁਸੀਂ ਇਸ ਫਿਲਮ ਵਿੱਚ ਰਾਹੀਂ ਲੈ ਕੇ ਆ ਰਹੇ ਹੋ, ਤੁਹਾਨੂੰ ਲੱਗਦਾ ਇਸ ਕਰਕੇ ਤੁਹਾਡੀ ਜਾਨ ਨੂੰ ਡਬਲ ਖਤਰਾ ਹੋ ਸਕਦਾ? ਬਿਲਕੁਲ ਜੀ, ਖਤਰਾ ਤਾਂ ਹੁਣ ਵੀ ਆ, ਅੱਗੇ ਵੀ ਵੱਧਦਾ ਜਾਣਾ ਖਤਰਾ, ਜਦੋਂ ਤੀਕਰ ਇਹ ਨਾ ਇਨਸਾਨ ਮਤਲਬ ਮੈਂ ਜਦ ਤੀਕਰ ਜਿਉਣਾ ਜਦ ਤੀਕਰ ਇਹ ਜਿਉਂ ਜਾਂਦੇ ਨੇ, ਖਤਰਾ ਤਾਂ ਰਹਿਣਾ ਰਹਿਣਾ। ਇਹਨਾਂ ਨੇ ਪਤਾ ਨਹੀਂ ਕਦੋਂ ਕੀ ਕਰੋ, ਥੋੜ੍ਹਾ ਟਾਈਮ ਚੁੱਪ ਵੀ ਰਹਿਣਗੇ, ਬਾਅਦ 'ਚ ਕਰਵਾ ਦੇਣਗੇ, ਕਰਾਉਣਗੇ ਇਲਾਜ, ਕਿਉਂਕਿ ਸੱਚ ਆ, ਕਿਉਂਕਿ ਇਹਨਾਂ ਨੇ ਬਾਹਰ ਬੈਠਿਆਂ ਨੇ ਨਹੀਂ ਕੋਈ ਕਸਰ ਛੱਡੀ ਮੇਰੇ 'ਤੇ ਝੂਠੇ ਪਰਚੇ ਕਰਾਉਣ ਦੀ, ਮਰਾਉਣ ਦੀ ਨਹੀਂ ਕਸਰ ਛੱਡੀ ਕੋਈ, ਹੁਣ ਕਿੱਦਾਂ ਚੁੱਪ ਕਰ ਜੂਗੇ? ਅਤੇ ਤੁਸੀਂ ਹੁਣ ਸਿਕਿਉਰਿਟੀ ਮੰਗੋਗੇ ਆਪਣੇ ਵਾਸਤੇ? ਦੇਖੋ ਜੀ, ਸਕਿਉਰਿਟੀ ਤਾਂ ਮੈਂ ਪਹਿਲਾਂ ਵੀ, ਮੇਰੇ ਨਾਲ ਸਕਿਉਰਿਟੀ ਚੱਲਦੀ ਸੀ ਜਦੋਂ ਮੇਰੇ 'ਤੇ ਪਹਿਲਾਂ ਪਰਚਾ ਦਰਜ ਹੋਇਆ, ਸਕਿਉਰਿਟੀ ਦਾ ਕੋਈ ਮੈਨੂੰ ਫਾਇਦਾ ਨਹੀਂ ਹੋਇਆ ਜੀ। ਸਕਿਉਰਿਟੀ ਦਾ ਫਾਇਦਾ ਇਹ ਲਾ ਲਓ, ਮੇਰੇ ਨਾਲ ਗਨਮੈਨ ਚੱਲਦੇ ਪਏ ਸੀ, ਮੇਰੇ 'ਤੇ ਪਹਿਲਾਂ ਰੇਪ ਦਾ ਪਰਚਾ ਦਰਜ ਹੋਇਆ। ਸਕਿਉਰਿਟੀ ਤੋਂ ਬਿਨਾਂ ਮੈਂ ਕਿਤੇ ਕਿਸੇ ਇੱਕ ਲੜਕੀ ਕੋਲ ਕਿੱਦਾਂ ਚਲਿਆ ਗਿਆ, ਜਾਂ ਫਿਰ ਸਕਿਉਰਿਟੀ ਮੇਰੇ ਨਾਲ ਗਈ ਹੋਊਗੀ, ਠੀਕ ਹੈ ਨਾ। ਉਹਨਾਂ ਨੂੰ ਕਿਸੇ ਨੇ ਪੁਲਿਸ ਪੜਤਾਲ ਨਹੀਂ ਕੀਤੀ, ਉਹਨਾਂ ਦਾ ਫਾਇਦਾ ਕੀ ਹੋਇਆ ਸਕਿਉਰਿਟੀ ਦਾ? ਉਸ ਸਮੇਂ ਜੇ ਅਸੀਂ ਸੋਸ਼ਲ ਮੀਡੀਆ ਇਤਨਾ ਹਾਵੀ ਨਹੀਂ ਸੀ, ਤੁਸੀਂ ਕਹਿੰਦੇ ਨਾ ਪੱਤਰ ਚਿੱਠੀਆਂ ਰਾਹੀਂ ਤੁਹਾਡਾ ਪਿਆਰ ਜੇ ਹੈ ਅੱਗੇ ਵਧਿਆ, ਕਿਉਂਕਿ 1999-2000 ਦੇ ਵਿੱਚ ਮੇਲਾ ਵੀ ਬਹੁਤ ਘੱਟ, ਇੰਟਰਨੈਟ ਵੀ ਲੋਕ ਬਹੁਤ ਘੱਟ ਯੂਜ਼ ਕਰਦੇ ਸੀ, ਚਿੱਠੀਆਂ ਰਾਹੀਂ ਪਿਆਰ ਪਹੁੰਚਦਾ ਸੀਗਾ ਇੱਕ ਦੂਜੇ ਤੱਕ, ਅਤੇ ਸੋਸ਼ਲ ਮੀਡੀਆ ਵੀ ਨਹੀਂ ਸੀ। ਇਸ ਸਮੇਂ ਸੋਸ਼ਲ ਮੀਡੀਆ ਇੰਨਾ ਹਾਵੀ ਹੈ ਕਿ ਤੁਸੀਂ ਆਪਣੀ ਗੱਲ 'ਤੇ ਜੇ ਹੈ ਉਹ ਜਨਤਕ ਪਹੁੰਚਾ ਸਕਦੇ ਹੋ। ਬਿਲਕੁਲ ਜੀ, ਸਹੀ ਆ। ਵੈਸੇ ਤਾਂ ਨਾ ਜਿਹੜਾ ਮੇਰਾ ਕੇਸ ਇਹ ਹੋਇਆ, ਪੁਲਿਸ ਅਫਸਰ ਚੰਗੇ ਮਿਲ ਗਏ ਮੈਨੂੰ, ਉਸ ਮੀਡੀਆ ਨੇ ਨਾ ਜਦੋਂ ਇੰਨਾ ਕੇਸ ਹਾਈਲਾਈਟ ਕੀਤਾ, ਮੀਡੀਆ ਦਾ ਮੈਂ ਬਹੁਤ ਧੰਨਵਾਦੀ ਹਾਂ। ਜਿਵੇਂ ਕਿ ਉਹਨਾਂ ਕੋਲ ਪੈਸਾ ਸੀਗਾ, ਕੋਈ ਅਫਸਰ ਉਹੋ ਜਿਹਾ ਮਿਲ ਜਾਂਦਾ, ਪੈਸੇ ਦੇ ਦਬਦਬਾ ਨਾਲ ਮੇਰਾ ਕੇਸ ਹੀ ਉਹ ਖਤਮ ਕਰ ਸਕਦੇ ਸੀਗੇ। ਜੇ ਮੀਡੀਆ ਨਾ
ਹੁਣ ਇਸ ਤੋਂ ਬਾਅਦ ਕੀ ਕਰਨਾ ਚਾਹੋਗੇ ਫਿਲਮ ਵਿੱਚ, ਤੁਸੀਂ ਕੀ ਆਪਣੇ ਕਿਰਦਾਰ ਵਿੱਚ ਆ ਪਾਉਣਾ ਪਸੰਦ ਕਰੋਗੇ ਜਾਂ ਫਿਰ ਤੁਸੀਂ ਚਾਹੋਗੇ ਕਿ ਮੈਂ ਇਹ ਫਿਲਮ ਦੇ ਵਿੱਚ ਛੋਟੀ ਜਿਹੀ ਭੂਮਿਕਾ ਨਜ਼ਰ ਆਵਾਂ? ਦੇਖੋ ਮੈਮ, ਮੈਂ ਤਾਂ ਫਿਲਮ ਦੇ ਵਿੱਚ ਨਹੀਂ ਆਉਣਾ ਮੰਗਦਾ, ਠੀਕ ਹੈ ਨਾ। ਮੈਂ ਸਟੋਰੀ ਉਹਨਾਂ ਨੂੰ ਦਿੱਤੀ ਆ ਵੀ ਵੈਸੇ ਮੇਰੀ ਲਖਵੀਰ ਜੀ ਨਾਲ ਗੱਲ ਤਾਂ ਕੋਈ ਇਦਾਂ ਹੋਈ ਨਹੀਂ ਵੀ ਮੈਂ ਆਵਾਂ ਜਾਂ ਨਾ ਆਵਾਂ, ਫਿਰ ਉਹ ਡਿਸਾਈਡ ਕਰਨਾ ਜੀ ਬੈਠ ਕੇ ਕਰੂੰਗਾ ਗੱਲ ਵੀ ਕਿੱਦਾਂ ਕਰੀ। ਕਿੰਨੀ ਕੁ ਕਾਲਪਨਿਕ ਰਹੇਗੀ, ਕਿਉਂਕਿ ਫਿਲਮ ਦੀ ਕਹਾਣੀ ਹਮੇਸ਼ਾ ਹੀ ਪੂਰੀ ਅਸਲ ਜ਼ਿੰਦਗੀ 'ਤੇ ਧਾਰਿਤ ਨਹੀਂ ਰਹਿੰਦੀ ਹੈ, ਕਿਤੇ ਨਾ ਕਿਤੇ ਛੇੜਖਾਨੀ ਜੀ ਹੈ, ਥੋੜ੍ਹੀ ਜਿਹੀ ਕੀਤੀ ਜਾਂਦੀ, ਕਿਉਂਕਿ ਅਸਲ ਮੁੱਦੇ ਨਹੀਂ ਦੱਸੇ ਜਾ ਸਕਦੇ ਹੈ ਜਨਤਕ। ਦੇਖੋ ਮੈਡਮ, ਮੈਂ ਨਹੀਂ ਚਾਹੁੰਦਾ ਵੀ ਮੈਂ ਇਹਨਾਂ ਨੂੰ ਵੀ ਜਿਹਨਾਂ ਨੂੰ ਕਿਹਾ ਵੀ ਮੇਰੀ ਨਾ ਜਿਹੜੀ ਸਟੋਰੀ ਆ ਰੀਅਲ ਤੌਰ 'ਤੇ ਦਿਖਾਈ ਜਾਵੇ, ਹੱਥ ਮੇਰੀ ਬੇਨਤੀ ਹੈ, ਮੈਂ ਨਹੀਂ ਚਾਹੁੰਦਾ ਇਹਦੇ ਵਿੱਚ ਕੋਈ ਮਸਾਲਾ ਇੱਦਾਂ ਦਾ ਪਾਇਆ ਜਾਵੇ। ਧੰਨਵਾਦ ਸਾਡੇ ਨਾਲ ਗੱਲ ਕਰਕੇ। ਅਸੀਂ ਸਾਡੇ ਨਾਲ ਮਿੱਠੂ ਜੀ ਦੱਸ ਰਹੇ ਸੀ ਕਿ ਉਹ ਚਾਹੁੰਦੇ ਨੇ ਕਿ ਫਿਲਮ ਬਣੇ, ਉਹਨਾਂ ਦੇ ਪਿਆਰ ਦੀ ਅਸਲ ਕਹਾਣੀ ਫਿਲਮੀ ਪਰਦੇ ਤੇ ਦਿਖਾਈ ਜਾਏ, ਉਸ ਵਿੱਚ ਕੋਈ ਵੀ ਮਸਾਲਾ ਨਾ ਪਾਇਆ ਜਾਵੇ। ਕੈਮਰਾਮੈਨ ਅਮਰਜੋਤ ਦੇ ਨਾਲ ਨੀਰੂ ਬਿਜਲਵਾਨ, ਡੇਲੀ ਪੋਸਟ, ਪੰਜਾਬੀ। ਰਾਤ ਇੰਤਜ਼ਾਰ ਕਰਨ ਲੱਗ ਰਹੀ ਸੀ, ਤਿਆਰ ਮੈਂ ਟੱਟੂ ਹੋਵਾਂ, ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ। ਅਰ ਇਸ ਨੇ ਥਾਰੀ ਪੰਜਾਬੀ ਮੇ ਕੇ ਬੋਲਾਂ? ਇਸੇ ਫਰੰਟ ਮਿਰਰ ਕਹਤੇ ਹੈ। ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ। कि ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।